ਪੁੱਤਰਾ ਪੁੱਤਰਾ, ਇੱਕ ਅੱਧਾ ਲਾਈਵ ਹੋਰ ਪਾਲਾ ਜੇ ਪਾਉਣਾ ਪਾਲਾ, ਰਿਪਲਾਈ ਇਕੱਠਾ ਹੀ ਆਜੂਗਾ, ਰਿਪਲਾਈ ਇਕੱਠਾ ਹੀ ਆਜੂਗਾ, ਨਾਲੇ ਤੇਰੀ ਅਸੀਂ ਥਾ ਠਾ ਕੇ ਦਿਖਾਵਾਂਗੇ ਧੂੜ ਨਾ ਗਰਦ ਕਹਿੰਦਾ ਤਾਂ ਗਰਦ ਗਰਦ ਤੇਰੀ ਅਸੀਂ ਠਾ ਕੇ ਦਿਖਾਵਾਂਗੇ, ਜਿਹੜੀ ਤੂੰ ਕਿਸਾਨ ਯੂਨੀਅਨ ਦੇ ਗੱਲਾਂ ਤੂੰ ਕਰਦਾ ਨਾ, ਕਿਸਾਨ ਯੂਨੀਅਨ ਨੇ ਪੁੱਛ ਕੇ ਦੇਖੀ ਪੰਜਾਬ 'ਚ ਬਣਾਈ ਕਿਹੜੀ ਸੀ, ਸਰਦਾਰ ਕਰਤਾਰ ਸਿੰਘ ਚੇਅਰਮੈਨ ਦਾ ਪੋਤਾ ਜਿਹਨੇ ਪੰਜਾਬ ਯੂਨੀਅਨ ਲੈ ਕੇ ਆਉਂਦੀ ਸੀ, ਜਿਹੜੇ 20 ਵਾਰੀ ਜੇਲ੍ਹ ਕੱਟੀ ਹੋਈ ਆ 25 ਵਾਰੀ ਪੰਜਾਬ 'ਚ, ਤੇਰੀ ਅਸੀਂ ਕੱਢਾਂਗੇ ਗਰਦ, ਹੁਣ ਲਾ ਲਾ ਹੱਥਾਂ ਨੂੰ ਤੇਲ, ਹੁਣ ਗਲਤ ਮੰਗਾ ਲੈ ਲਾ ਤਾਂ ਧੂੜ ਉੱਠ ਗਈ ਮੇਰੀ ਧੂੜ, ਤੇਰੀ ਧੂੜ ਅਸੀਂ ਠਾ ਕੇ ਬੰਦ ਕਰਕੇ ਦਿਖਾਵਾਂਗੇ, ਹੁਣ ਤੇਰੀ ਧੂੜ ਤੇਰੇ ਵਾਂਗੂ ਨਹੀਂ ਜਾ ਕੇ ਸ਼ੰਕਰਾਂ ਦੇ, ਬਾਈ ਮੈਨੂੰ ਰੋਲ ਦੇ ਦੇ, ਮੈਨੂੰ ਰੋਲ ਦੇ ਦਿਓ, ਹਜੇ ਤਾਂ ਟ੍ਰੇਲਰ ਵੀ ਨਹੀਂ ਸ਼ੁਰੂ ਹੋਇਆ, ਫਿਲਮ ਵੀ ਨਹੀਂ ਸ਼ੁਰੂ ਹੋਈ, ਹਜੇ ਤਾਂ ਸਾਰਾ ਕੁਝ ਬਾਕੀ ਪਿਆ ਰਹਿੰਦਾ, ਵਿਆਹ ਯਾਦ ਕਰ ਲਈ, ਹੁਣ ਹੱਥ ਲਾ ਲਾ ਦੇਖ, ਮਾਂ ਦਾ ਪੁੱਤਾ ਹੱਥ ਲਾ ਲਾ, ਤੇਰੀ ਅਸੀਂ ਹੋ ਕੇ ਲੈ, ਮੈਂ ਹੋ ਗਿਆ ਲੈ, ਸਾਲਾ ਭੈਣ ਦਾ ਲੌਂਡਾ ਸਾਲਾ ਕੁੱਤਾ, ਹੁਣ ਯਾਦ ਰੱਖੀ ਵੀ ਹੁਣ ਤੇਰੇ ਨਾਲ ਬਣਦਾ ਕੀ, ਹਜੇ ਤਾਂ ਕੁਛ ਵੀ ਨਹੀਂ ਆਇਆ, ਤੈਨੂੰ ਕੁਛ ਵੀ ਨਹੀਂ ਆਇਆ ਤੇਰੇ ਕੋਲ ਆਇਆ, ਤੇਰਾ ਮੂੰਹ ਦੇਖਿਆ ਸਾਲਾ, ਜਿਵੇਂ ਪੀਪ ਉਹ ਹੁੰਦਾ ਢੱਕਣ ਉਹ ਸਾਲਾ ਚੱਬੜ ਜੇ ਮੂੰਹ ਵਾਲਾ ਸਾਲਾ, ਤੇਰੇ ਬਾਰੇ ਅਸੀਂ ਪਹਿਲਾਂ ਬੋਲੇ ਨਹੀਂ ਸੀ, ਤੂੰ ਬਕਵਾਸ ਜਿਹੜੀ ਤੇਰੀ, ਤੂੰ ਚਾਹ ਨਾ ਸਾਨੂੰ ਅੰਡਾ ਦਿੱਤਾ, ਅਸੀਂ ਚਾਹ ਨਾ ਤੈਨੂੰ ਉਹ ਦੇਵਾਂਗੇ, ਤੈਨੂੰ ਅਸੀਂ ਚਾਹ ਨਾ ਕੀ ਦੇਵਾਂਗੇ ਇਹਨੂੰ, ਲੀਡ ਫਰਾਈ, ਹਾਂ ਤੈਨੂੰ ਅਸੀਂ ਦਿਨਾਵੇ ਫਰਾਈ ਕਰਕੇ ਦੇਖੀ ਜੇ ਸਾਲਾ, ਬਹੁਤ ਪੁੱਟਾ ਬਹੁਤ ਪੁੱਟਾ, ਤੈਨੂੰ ਜਿਵੇਂ ਕਹਿੰਦਾ ਮੈਨੇ ਵੀ ਇੱਕ ਥੋਰ ਨੂੰ ਹੱਥ ਲਾ ਕੇ ਪੰਗਾ ਲੈ ਲਾ, ਉਹ ਲੈ ਲਿਆ ਤਾਂ ਪੰਗਾ, ਹੁਣ ਤੂੰ ਦੇਖੀ ਜਾਈ ਤੇਰਾ ਤੇ ਹੁੰਦਾ ਕੀ ਹੈ, ਤੂੰ ਫੋਕੀ ਪਬਲਿਕ ਸਿਟੀ ਭਾਲ ਦੇਣਾ, ਨਾਲੇ ਤੂੰ ਜਿਹੜੇ ਫਿਲਮਾਂ 'ਚ ਭਾਲਦਾ, ਤੈਨੂੰ ਅਸੀਂ ਦੇਵਾਂਗੇ ਹੀਰੋ ਦਾ ਰੋਲ, ਕੋਈ ਗੱਲ ਨਹੀਂ, ਜ਼ਿੰਦਗੀ 'ਚ ਕਦੇ ਪਹਿਲ ਨਹੀਂ ਕਰਦੇ, ਜਿਹੜੇ ਤੂੰ ਗੱਲਾਂ ਕਿਸਾਨ ਯੂਨੀਅਨ ਬਾਰੇ ਬੋਲ ਗਿਆ, ਐਂ ਬੋਲ ਗਿਆ ਵੀ ਕਿਸਾਨ ਯੂਨੀਅਨ ਧਰਨੇ ਜਾ ਕੇ ਬੋਲ ਗਿਆ, ਜਿਹੜੀ ਉਹ ਗੱਲ ਬੋਲ ਗਿਆ ਤਾਂ ਦਿਲ ਨੂੰ ਚਿਰ ਗਈ ਕੁੱਤਿਆ, ਦਿਲ ਨੂੰ ਕਿਸਾਨ ਯੂਨੀਅਨ, ਤੈਨੂੰ ਕੀ ਪਤਾ ਕਿਸਾਨ ਯੂਨੀਅਨ ਚੀਜ਼ ਕੀ ਆ ਸਾਲਿਆ, ਦੂਜੀ ਗੱਲ ਹਰ ਇੱਕ ਨਾ ਪਾ ਕੇ ਫੇਮਸ ਹੋਣ ਨੂੰ ਫਿਰਦਾ, ਐਡਾ ਤੂੰ ਕਿੱਡਾ ਕੁ ਵੱਡਾ ਹੋ ਆ ਗਿਆ, ਜਿੱਥੇ ਮਰਜ਼ੀ ਟੱਕਰ ਲਈ, ਇੱਕ ਗੱਲ ਹੋਰ ਆ, ਮੈਂ ਵੀਡੀਓ ਬਾਰੇ ਤੁਸੀਂ ਕੁਝ ਬੋਲ ਲੈਂਦਾ, ਮੈਨੂੰ ਕੋਈ ਚੱਕਰ ਨਹੀਂ, ਚੱਲ ਕੋਈ ਗੱਲ ਨਹੀਂ, ਮੈਂ ਵੀ ਇਹ ਗੱਲਾਂ, ਚਲੋ ਮੈਂ ਵੀ ਗੱਲ 'ਤੇ ਵਿਚਾਰ ਕਰਦਾ ਇਹ ਗੱਲ 'ਤੇ, ਦੂਜੀ ਗੱਲ ਆ ਵੀ ਕਿਸੇ ਨੂੰ ਪਰਸ ਠੇਸ ਪਹੁੰਚੀ ਹੈ, ਉਹਦੇ ਲਈ ਵੀ ਮੈਂ ਮਾਫ਼ੀ ਮੰਗ ਲੂੰਗਾ, ਕੋਈ ਚੱਕਰ ਨਹੀਂ, ਨੋ ਪ੍ਰੋਬਲਮ ਮਾਫ਼ੀ ਮੰਗਣ 'ਚ, ਤੂੰ ਸਾਲਿਆ ਵੀ ਕਿਤੇ ਜਾਣ 'ਤੇ ਤੂੰ ਐਡੀ ਵੱਡੀ ਜਲਸੀ ਬਿਲ ਕਰਕੇ ਆਪਣੇ ਨੂੰ ਚੌੜਾ ਹੋਇਆ, ਤੇਰੇ ਰਿੰਗ ਮੈਂ ਢਿੱਲੇ ਕਰਕੇ ਦਿਖਾਊ, ਮੈਂ ਦਾਵਾ ਕਰਦਾ ਇਹ ਗੱਲ ਦਾ, ਤੇਰੇ ਮੈਂ ਬੁਸ਼ ਢਿੱਲੇ ਕਰਕੇ ਦਿਖਾਊ, ਚਿੱਬੜ ਜੇ ਵਰਗੇ ਮੂੰਹ ਵਾਲੇ ਤੂੰ ਬਣਿਆ ਕੀ ਫਿਰਦਾ ਸਾਲਿਆ, ਜੇ ਲੋਕਾਂ ਦਾ ਕਿਸੇ ਦੇ ਕੋਈ ਚੰਗਾ ਕੰਮ ਕਰਦਾ ਤੈਨੂੰ ਚੁੱਭਦਾ ਮੇਰਾ, ਠੀਕ ਆ ਸਮਾਜ ਸੇਵੀ ਦਾ ਕੰਮ ਕਰਦਾ, ਘੱਟੋ ਘੱਟ 10-15 ਮਰੀਜ਼ਾਂ ਦੇ ਇਲਾਜ ਹੋਣਾ, ਤੈਨੂੰ ਚੁੱਭਦੇ ਨੇ ਕੁੱਤਿਆ, ਤੈਨੂੰ ਕਿਉਂ ਚੁੱਭਦੇ ਨੇ, ਤੂੰ ਹੀ ਇਕੱਲਾ ਸਟਾਰ ਬਣ ਜਾ, ਤੈਨੂੰ ਸਟਾਰ ਨਾਲੇ ਅਸੀਂ ਹੁਣ ਬਣਾਵਾਂਗੇ, ਤੇਰੀ ਮੂਵੀ ਅਸੀਂ ਤੇਰੇ ਲਈ ਸਪੈਸ਼ਲ ਤਿਆਰ ਕਰਾਂਗੇ, ਤੇਰੇ ਕਿਉਂ ਚੁੱਭਦਾ, ਅੱਜ ਤੱਕ ਕਿਸੇ ਨੂੰ ਐਵੇਂ ਗੱਲ ਨਹੀਂ ਕਰੀ ਵੀ ਯਾਰ, ਚਲੋ ਠੀਕ ਆ ਫਣ ਛਣ ਉਹ ਚੱਲਦਾ ਰਹਿੰਦਾ ਹਨਾ ਯਾਰ, ਉਈ ਨੋਰਮਲੀ ਗੱਲਾਂ, ਤੂੰ ਆਪਦੇ ਆਪ ਨੂੰ ਇੱਧਰਲੀ ਲੈਣ, ਮੈਂ ਪਤਾ ਨਹੀਂ ਬਾਹਲਾ ਵੱਡਾ ਦੇਵਤਾ ਹੈ ਸਾਲਾ, ਆਪਣਾ ਕਲਾਕਾਰੀ ਦਾ ਸਾਲਾ, ਯਾਦ ਰੱਖੀ ਤੇਰੀ ਹੁਣ ਤੇਰੇ ਨਾਲ ਤੂੰ ਬਾਹਲਾ ਕਸੂਤਾ ਪੰਗਾ ਲੈ ਲਾ, ਜਿਹੜੀਆਂ ਤੂੰ ਗੱਲਾਂ ਧਰਨੇ ਵਾਲਿਆਂ ਬੋਲ ਕੇ ਤੇ ਜਲਸੀ ਫੀਲ ਕਰਕੇ ਮੈਨੂੰ ਇੱਥੇ ਬੁਲਾਉਂਦੇ ਨੇ, ਇਹਨਾਂ ਨੂੰ ਇੱਥੇ ਬੁਲਾਉਂਦੇ, ਬੁਲਾਉਣਗੇ ਲੋਕ ਪਿਆਰ ਕਰਦੇ ਨੇ ਬਈ, ਲੋਕਾਂ ਦੇ ਦਿਲ ਤਾਂ ਹੋਰ ਵਸਾਂਗੇ, ਆਉਣ ਵਾਲੇ ਟਾਈਮ ਦੇ ਵਿੱਚ ਪਰਮਾਤਮਾ ਸੁੱਖ ਰੱਖੇ, ਐਡਾ ਵੱਡਾ ਪ੍ਰੋਗਰਾਮ ਲੀਕ ਰਿਹਾ ਵੀ ਸਾਰੇ ਥਾਵਾਂ ਦੇ ਮੈਡੀਸਨ ਫ੍ਰੀ ਚੱਲਿਆ ਕਰੂਗੀ, ਜਿੰਨੇ ਜਿੰਨੇ ਪੰਜਾਬ ਦੇ ਸਰਕਾਰੀ ਗੌਰਮੈਂਟ ਹੋਸਪਿਟਲ ਨੇ ਉਹਨਾਂ ਵਿੱਚ ਪਹੁੰਚਿਆ ਕਰਾਂਗੇ ਰੱਬ ਸੁੱਖ ਰੱਖੇ, ਇਹ ਪ੍ਰੋਗਰਾਮ ਲੀਕ ਰਿਹਾ, ਪਰਮਾਤਮਾ ਦੀ ਕਿਰਪਾ ਨਾਲ ਇਹ ਪ੍ਰੋਗਰਾਮ ਪੂਰ ਚੜ੍ਹ ਜੇ, ਜਿੱਥੇ ਵੀ ਕਿਤੇ ਮੰਨ ਕੇ ਚੱਲ ਆਮ ਵਰਗ ਦੇ ਲੋਕਾਂ ਨੂੰ, ਗਰੀਬਾਂ ਨੂੰ, ਆਮ ਪਿੰਡਾਂ ਵਾਲਿਆਂ ਨੂੰ ਲੋੜ ਹੈ, ਅਸੀਂ ਵੀ ਗਰੀਬ ਹਾਂ, ਮੈਂ ਵੀ ਗਰੀਬ ਹਾਂ, ਲੋੜ ਆ ਹਰ ਇੱਕ ਹੋਸਪਿਟਲ 'ਚ ਮੈਡੀਸਨ, ਉਹ ਫ੍ਰੀ ਉਵੇਂ ਚੱਲਦੀਆਂ ਰਹਿਣਗੀਆਂ, ਉਹ ਤਾਂ ਕੰਮ ਚੰਗੇ ਦਾ ਕਰਦੇ ਰਹਾਂਗੇ, ਤੈਨੂੰ ਐਂ ਵੀ ਐਂ ਕਰਕੇ ਐਂ ਹੋ ਜਾਏ।